ਇਹੀ ਕਹਿੰਦੀ ਹਾਂ ਵੀ ਯੰਗਸਟਰਸ ਨੂੰ ਆ ਕੇ ਜ਼ਰੂਰ ਦੇਖਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਬਹੁਤ ਅੱਛੀ ਅੱਛੀ ਮਤਲਬ ਗੱਲਾਂ ਸਿੱਖਣ ਨੂੰ ਮਿਲਦੀਆਂ। ਜੋ ਅੱਜ ਕੱਲ੍ਹ ਹੋ ਰਿਹਾ ਨਾ, ਉਹ ਸਾਰਾ ਕੁਝ ਇਹਦੇ ਵਿੱਚ ਦਿਖਾਇਆ ਹੋਇਆ। ਅਰਦਾਸ ਕਰੋ ਸਰਬੱਤ ਦੇ ਭਲੇ ਦੀ। ਕਿੰਨੇ ਦੀ ਲੱਗੀ? ਕੈਂਟ ਸੀ ਬਾਈ। ਕਿੰਨਾ ਦਾ ਕਰੈਕਟਰ ਸਭ ਤੋਂ? ਗੁਰਪ੍ਰੀਤ ਸਿੰਘ ਹੋਗੀ। ਸਾਧੂ ਰਾਮ ਦਾ ਕਰੈਕਟਰ ਕਿਹੋ ਜਿਹਾ ਲੱਗਾ? ਬੜਾ ਕੈਂਟ ਸੀ ਬਾਈ, ਉਹਦੀ ਸਟੋਰੀ ਬੜੀ ਕੈਂਟ ਸੀ। ਜਦੋਂ ਅਰਦਾਸ ਹੁੰਦੀ ਆ ਉਦੋਂ ਗੂਸ ਬੰਪਸ ਆ ਗਏ ਸੀ ਪੂਰੇ ਜੀ, ਪੂਰੇ ਪੂਰੇ, ਮਤਲਬ ਕਿ 2 ਮਿੰਟ ਲਈ ਐ ਨਹੀਂ ਸੀ ਵੀ ਅਸੀਂ ਥੀਏਟਰ 'ਚ ਬੈਠੇ ਹਾਂ, ਅਸੀਂ ਹਜ਼ੂਰ ਸਾਹਿਬ ਉਸ ਟਾਈਮ ਖੜੇ ਸੀਗੇ, ਇਦਾਂ ਦਾ ਫੀਲ ਹੋਇਆ। ਗਿੱਪੀ ਗਰੇਵਾਲ ਹੋਰਾਂ ਦਾ ਜਿਹੜਾ ਇਹ ਉਪਰਾਲਾ, ਤੁਹਾਨੂੰ ਉਹ ਕਿਹੋ ਜਿਹਾ ਲੱਗੇ? ਅਸੀਂ ਦਰਅਸਲ ਹੋਰ ਫਿਲਮਾਂ ਪਰਿਵਾਰ ਨੂੰ ਲੈ ਕੇ ਵੀ ਨਹੀਂ ਆਉਂਦੇ, ਆਹ ਫਿਲਮਾਂ 2 ਬੀਬੀ ਰਜਨੀ ਵਾਲੀ ਅਤੇ ਆਹ ਜਿਹੜੀ ਫਿਲਮ ਹੁਣ ਅਰਦਾਸ ਵਾਲੀ, ਇਹ ਜ਼ਰੂਰ ਪਰਿਵਾਰ ਨੂੰ ਵਿਖਾਈਆਂ ਨਾ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅਰਦਾਸ ਸਰਬੱਤ ਦਾ ਭਲਾ 13 ਸਤੰਬਰ ਰਿਲੀਜ਼ ਹੋ ਚੁੱਕੀ ਸੀ, ਸੋ ਕੁਝ ਦਰਸ਼ਕ ਸਾਡੇ ਨਾਲ ਮੌਜੂਦ ਨੇ, ਇਹਨਾਂ ਗੱਲਬਾਤ ਕਰਾਂਗੇ। ਫਿਲਮ ਕਿਹੋ ਜਿਹੀ ਲੱਗੀ ਭਾਈ? ਕਿਹੋ ਜਿਹੀ ਲੱਗੀ ਫਿਲਮ? ਬਹੁਤ ਸੋਹਣੀ ਮੂਵੀ ਹੈ ਜੀ, ਬਹੁਤ ਜ਼ਿਆਦਾ। ਕਿੰਨੇ ਸਟਾਰ ਦੋਗੇ 5 ਦੇ ਵਿੱਚ? ਫੁੱਲ ਫੁੱਲ, ਹਾਂਜੀ। ਇਹਨਾਂ ਦੀ ਸਭ ਤੋਂ ਘੈਂਟ ਐਕਟਿੰਗ ਲੱਗੀ? ਸਰ ਗੁਰਪ੍ਰੀਤ ਘੁੱਗੀ ਦੀ। ਥੈਂਕ ਯੂ ਜੀ, ਥੈਂਕ ਯੂ। ਕਿਵੇਂ ਦੀ ਲੱਗੀ ਅੰਕਲ? ਬਹੁਤ ਵਧੀਆ, ਬਹੁਤ ਹੀ ਵਧੀਆ। ਜਦੋਂ ਗੁਰਦੁਆਰਾ ਨੰਦੇੜ ਸਾਹਿਬ ਦੇ ਦਰਸ਼ਨ ਹੋਏ ਸੀਗੇ, ਉਹ ਛੂ ਗਿਆ ਸੀ ਤੇ ਮੈਨੂੰ ਬਿਲਕੁਲ ਐਂ ਲੱਗਦਾ ਸੀ ਵੀ ਇੱਥੇ ਆਪ ਹਾਜ਼ਰ ਨਾਜ਼ਰ ਹੋ ਕੇ ਅਸੀਂ। ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਕਿਵੇਂ ਜੀ ਲੱਗੀ ਫਿਲਮ ਵੀ ਤੁਹਾਨੂੰ? ਵੰਡਰਫੁਲ, ਵੰਡਰਫੁਲ। ਥੈਂਕ ਯੂ, ਮਜ਼ਾ ਆ ਗਿਆ ਦੇਖ। ਕਿੰਨਾ ਦਾ ਸਭ ਤੋਂ ਵਧੀਆ ਕਰੈਕਟਰ ਕਿੰਨਾ ਦਾ ਲੱਗਿਆ? ਘੁੱਗੇ ਸਾਹਿਬ ਵਧੀਆ, ਗੁਰਪ੍ਰੀਤ ਘੁੱਗੀ। ਤੁਸੀਂ ਦੱਸੋ। ਹਾਂਜੀ, ਬਹੁਤ ਵਧੀਆ ਲੱਗੀ। ਕਿਵੇਂ ਦੀ ਲੱਗੀ? ਘੈਂਟ ਸੀ ਬਾਈ। ਗੁਰਪ੍ਰੀਤ ਘੁੱਗੀ। ਸੇਮ, ਬਹੁਤ ਅੱਛੀ ਮੂਵੀ ਹੈ। ਮੂਵੀ ਬਹੁਤ ਵਧੀਆ ਸੀ ਜੀ, ਮਨਪ੍ਰੀਤ ਦੀ। ਹਾਂਜੀ, ਬਹੁਤ ਵਧੀਆ, ਬਹੁਤ ਅੱਛੀ। ਜਿਹੜੀ ਅੱਜ ਕੱਲ੍ਹ ਦੇ ਸਮਾਜ ਦੀਆਂ ਸਮੱਸਿਆਵਾਂ ਦਰਸਾਈਆਂ ਨੇ ਇਸ ਫਿਲਮ ਦੇ ਵਿੱਚ, ਉਹ ਕਿਹੋ ਜਿਹਾ ਲੱਗਿਆ? ਬਹੁਤ ਅੱਛਾ, ਮਤਲਬ ਕਿ ਮੈਂ ਇਹੀ ਕਹਿੰਦੀ ਹਾਂ ਵੀ ਯੰਗਸਟਰਸ ਨੂੰ ਆ ਕੇ ਜ਼ਰੂਰ ਦੇਖਣਾ ਚਾਹੀਦਾ, ਕਿਉਂਕਿ ਇਹਦੇ ਵਿੱਚ ਬਹੁਤ ਅੱਛੀ ਅੱਛੀ ਮਤਲਬ ਗੱਲਾਂ ਸਿੱਖਣ ਨੂੰ ਮਿਲਦੀਆਂ। ਜੋ ਅੱਜ ਕੱਲ੍ਹ ਹੋ ਰਿਹਾ ਨਾ, ਉਹ ਸਾਰਾ ਕੁਝ ਇਹਦੇ ਵਿੱਚ ਦਿਖਾਇਆ ਹੋਇਆ। ਭਾਈ ਕਿਵੇਂ ਦੀ? ਬਹੁਤ ਵਧੀਆ ਮੂਵੀ, ਬਹੁਤ ਵਧੀਆ, ਹਰੇਕ ਨੂੰ ਦੇਖਣੀ ਚਾਹੀਦੀ ਹੈ, ਛੋਟੇ ਬੱਚਿਆਂ ਨੂੰ, ਹਰੇਕ ਨੂੰ ਬਹੁਤ ਦੇਖਣੀ ਚਾਹੀਦੀ ਹੈ। ਕਰੈਕਟਰ ਸਭ ਤੋਂ ਵਧੀਆ ਲੱਗਿਆ? ਸਾਧੂ ਜੀ ਦਾ, ਸਾਧੂ ਜੀ ਦਾ ਟੌਪ ਦਾ ਕਰੈਕਟਰ, ਘੁੱਗੀ ਜੀ ਦਾ, ਗਿੱਪੀ ਗਰੇਵਾਲ ਜੀ, ਸਾਰਿਆਂ ਨੇ ਆਪਣੀ ਜਗ੍ਹਾ ਬਹੁਤ ਵਧੀਆ ਕੰਮ ਕੀਤਾ, ਪਰ ਸਾਧੂ ਜੀ ਸਭ ਤੋਂ ਬੈਸਟ ਰਹੇ। ਜਦੋਂ ਅਰਦਾਸ ਹੁੰਦੀ ਆ ਉਦੋਂ ਗੂਸ ਬੰਪਸ ਆ ਗਏ ਸੀ ਪੂਰੇ ਜੀ, ਪੂਰੇ ਪੂਰੇ, ਮਤਲਬ ਕਿ 2 ਮਿੰਟ ਲਈ ਐ ਨਹੀਂ ਸੀ ਵੀ ਅਸੀਂ ਥੀਏਟਰ 'ਚ ਬੈਠੇ ਹਾਂ, ਅਸੀਂ ਹਜ਼ੂਰ ਸਾਹਿਬ ਉਸ ਟਾਈਮ ਖੜੇ ਸੀਗੇ, ਇਦਾਂ ਦਾ ਫੀਲ ਹੋਇਆ। ਬਹੁਤ ਵਧੀਆ ਲੱਗਿਆ ਜੀ, ਬਹੁਤ। ਕਿਵੇਂ ਦੀ ਲੱਗੀ? ਬਹੁਤ ਵਧੀਆ ਮੂਵੀ ਲੱਗੀ ਹੋਈ, ਪਰਿਵਾਰ ਦੇ ਨਾਲ ਦੇਖਣ ਵਾਸਤੇ। ਹਾਂ, ਪਰਿਵਾਰ ਨਾਲ ਹੀ ਦੇਖਣ ਆਏ ਸੀ ਬਈ। ਕਿਵੇਂ ਦਾ ਲੱਗਿਆ ਉਪਰਾਲਾ, ਜਿਹੜਾ ਪੰਜਾਬੀ ਫਿਲਮਾਂ ਦੇ ਵਿੱਚ ਹੁਣ ਨਵਾਂ ਉਪਰਾਲਾ ਹੈ, ਸਾਰੇ ਆਪਾਂ ਪਰਿਵਾਰ ਦੇ ਨਾਲ ਬੈਠ ਕੇ ਫਿਲਮ ਦੇਖਦੇ ਹਾਂ ਯਾਰ, ਸਾਰੀਆਂ ਫਿਲਮਾਂ ਇਹੋ ਜਿਹੀ ਨਹੀਂ ਹੁੰਦੀਆਂ ਜਿਹੜੀਆਂ ਆਪਾਂ ਪਰਿਵਾਰ ਨਾਲ ਦੇਖ ਸਕੀਏ। ਇਹ ਜਿਹੀਆਂ ਫਿਲਮਾਂ ਨਾਲ ਜਿਹੜੇ ਪਿਛੜੇ ਰਸਤੇ ਵੀ ਹੁੰਦੇ ਕਈ, ਉਹਨਾਂ 'ਚ ਸੁਧਾਰ ਆਉਂਦੇ ਆ, ਜਿਹੜਾ ਮਨ ਮਟਾਵ ਹੁੰਦਾ ਉਹ ਦੂਰ ਹੁੰਦੇ, ਇਕੱਠੇ ਹੋ ਜਾਂਦੇ ਦੁਬਾਰੇ ਆਪਾਂ। ਤੁਹਾਨੂੰ ਕਿਵੇਂ ਦੀ ਲੱਗੀ ਮੂਵੀ? ਕਿਆ ਗੁੱਡ, ਗੁੱਡ, ਥੈਂਕ ਯੂ ਬਾਏ। ਕਿੰਨਾ ਦਾ ਕਰੈਕਟਰ ਸਭ ਤੋਂ ਵਧੀਆ ਲੱਗਿਆ? ਤਕਰੀਬਨ ਸਾਰਿਆਂ ਦਾ ਹੀ ਵਧੀਆ ਲੱਗਿਆ ਹੈ ਨਾ। ਹਾਂ, ਸਾਰਿਆਂ ਦਾ ਵਧੀਆ ਲੱਗਿਆ ਵੀਰੇ। ਭਾਜੀ ਕਿਵੇਂ ਦੀ ਲੱਗੀ ਮੂਵੀ? ਮੂਵੀ ਬਹੁਤ ਸੋਹਣੀ ਸੀ। ਕਿੰਨਾ ਦਾ ਕਰੈਕਟਰ ਸਭ ਤੋਂ ਵਧੀਆ ਲੱਗਿਆ? ਵੈਸੇ ਤਾਂ ਘੁੱਗੀ ਭਾਜੀ ਦਾ ਸਭ ਤੋਂ ਜ਼ਿਆਦਾ ਵਧੀਆ ਹੁੰਦਾ, ਉਹਨਾਂ ਦੀ ਮਿਹਨਤ ਤੇ ਉਹਨਾਂ ਦਾ ਹੀ ਹੈ ਸਾਰਿਆਂ ਤੋਂ ਵਧੀਆ, ਬਾਕੀ ਸਾਰੇ ਕਰੈਕਟਰ ਬਿਲਕੁਲ ਵਧੀਆ ਹਨ। ਵੀਰੇ ਇੱਕ ਮਿੰਟ ਰੋਕ ਜਾਓ ਜੀ, ਹੁਣ ਤੁਹਾਡੇ ਤੋਂ ਪੁੱਛਾਂਗੇ ਫਿਲਮ ਕਿਹੋ ਜਿਹੀ ਲੱਗੀ? ਵਧੀਆ ਲੱਗੀ। ਵਧੀਆ ਲੱਗੀ, ਹਾਂਜੀ। ਕਿੰਨਾ ਦਾ ਕਰੈਕਟਰ ਸਭ ਤੋਂ ਵਧੀਆ ਲੱਗਿਆ? ਵਧੀਆ ਲੱਗੇ ਸਾਰਿਆਂ ਤੋਂ। ਥੈਂਕ ਯੂ। ਆਪਾਂ ਇਹਨਾਂ ਤੋਂ ਗੱਲ ਕਰਦੇ, ਕਿਵੇਂ ਦੀ ਲੱਗੀ ਤੁਹਾਨੂੰ ਮੂਵੀ? ਅੱਛੀ। ਹਾਂਜੀ, ਅੱਛੀ, ਵਧੀਆ ਲੱਗੀ। ਇੱਕ ਛੋਟੀ ਜਿਹੀ ਬੱਚੀ ਹੁੰਦੀ ਆ ਮੂਵੀ ਦੇ ਵਿੱਚ, ਉਹ ਦੇਖਿਆ ਸੀ ਤੁਸੀਂ ਉਹਨੂੰ?
ਵਧੀਆ ਲੱਗਿਆ ਗੱਲਾਂ ਕਰਨ ਨਾਲ, ਅਗਲੀ ਵਾਰੀ ਆਉਂਗੇ ਇਦਾਂ ਦੀ ਮੂਵੀ ਦੇਖਣ ਵਾਸਤੇ? ਹਾਂ, ਥੈਂਕ ਯੂ। ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਤੇ ਲੱਗੀ ਮੂਵੀ? ਮੂਵੀ ਬਹੁਤ ਵਧੀਆ ਸੀ। ਸਭ ਤੋਂ ਵਧੀਆ ਕਰੈਕਟਰ ਜੇਕਰ ਮੈਂ ਤੁਹਾਨੂੰ ਪੁੱਛਾਂ ਤੇ ਉਹ ਕਿੰਨਾ ਦਾ ਲੱਗਿਆ? ਹਾਲਾਂਕਿ ਸਾਰੇ ਹੀ ਕਰੈਕਟਰ ਆਪਣੇ ਆਪਣੇ ਜ਼ਿਆਦਾ ਘੁੱਗੀ ਦਾ। ਹਾਂ, ਘੁੱਗੀ ਦਾ। ਘੁੱਗੀ ਸਾਹਿਬ ਦੀਆਂ ਜਿਹੜੀਆਂ ਤੁੱਕਾਂ ਬੋਲ ਰਹੇ ਸੀਗੇ ਗੁਰੂ ਗ੍ਰੰਥ ਸਾਹਿਬ ਦੀਆਂ ਜੋ ਇਸ ਦੇ ਵਿੱਚ ਸੀਗੀ, ਉਹਨਾਂ ਦੀ ਵਿਆਖਿਆ ਜਿਹੜੀ ਬੜੇ ਸੋਹਣੇ ਤਰੀਕੇ ਦੇ ਨਾਲ, ਬੜੇ ਸੋਹਣੇ ਚੁੱਜੇ ਢੰਗ ਦੇ ਨਾਲ ਕੀਤੀ ਆ, ਉਹ ਕਿਹੋ ਜਿਹਾ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗੀਆਂ ਨੇ ਵਿਆਖਿਆ ਜਿਹੜੀ ਵੀ ਉਹ ਕਰਦੇ ਨੇ, ਪਹਿਲੀਆਂ ਵੀ ਮੂਵੀਆਂ ਦੇ ਵਿੱਚ ਉਹਨਾਂ ਕੀਤੀ ਹੈ ਅਤੇ ਬੜੀ ਵਧੀਆ ਲੱਗੀ ਉਹਨਾਂ ਦੀ ਮੂਵੀ। ਹਾਂਜੀ, ਬਹੁਤ ਵਧੀਆ ਲੱਗੀ। ਪੂਰੇ ਪਰਿਵਾਰ ਦੇ ਨਾਲ ਮੈਨੂੰ ਲੱਗਦਾ ਪਰਿਵਾਰ ਦੇ ਨਾਲ ਆਏ ਹਾਂ, ਬਜ਼ੁਰਗ ਮਾਤਾ ਸਾਰਿਆਂ ਨੂੰ ਲੈ ਕੇ ਆਏ ਨਾਲ। ਹਾਂਜੀ, ਪੰਜਾਬੀ ਸਿਨੇਮਾ ਘਰਾਂ ਦੇ ਵਿੱਚ ਬਹੁਤ ਘੱਟ ਅਜਿਹੀਆਂ ਫਿਲਮਾਂ ਹੁੰਦੀਆਂ ਨੇ ਜੋ ਅਸੀਂ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਹਾਂ। ਗਿੱਪੀ ਗਰੇਵਾਲ ਹੋਰਾਂ ਦਾ ਜਿਹੜਾ ਇਹ ਉਪਰਾਲਾ, ਤੁਹਾਨੂੰ ਉਹ ਕਿਹੋ ਜਿਹਾ ਲੱਗਿਆ? ਇਹ ਬਹੁਤ ਵਧੀਆ ਲੱਗਾ। ਅਸੀਂ ਦਰਅਸਲ ਹੋਰ ਫਿਲਮਾਂ ਪਰਿਵਾਰ ਨੂੰ ਲੈ ਕੇ ਵੀ ਨਹੀਂ ਆਉਂਦੇ, ਆਹ ਫਿਲਮਾਂ ਦੋ ਬੀਬੀ ਰਜਨੀ ਵਾਲੀ ਅਤੇ ਆਹ ਜਿਹੜੀ ਫਿਲਮ ਹੁਣ ਅਰਦਾਸ ਵਾਲੀ, ਇਹ ਜ਼ਰੂਰ ਪਰਿਵਾਰ ਨੂੰ ਵਿਖਾਈਆਂ ਨਾਲ। ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੇਕਰ ਉਹ ਚਾਹੁਣ ਤਾਂ ਆਪਣੇ ਪਰਿਵਾਰ ਦੇ ਨਾਲ ਦੇਖਣ ਵਾਸਤੇ? ਪਰਿਵਾਰ ਦੇ ਨਾਲ ਵੇਖੋ, ਬਹੁਤ ਵਧੀਆ ਮੂਵੀ ਬਣਾਈ ਹੋਈ ਹੈ। ਘੁੱਗੀ ਦੇ ਬਾਕੀ ਸਾਰੀ ਸਟਾਰ ਕਾਸਟ ਨੂੰ ਕੀ ਕਹਿਣਾ? ਬਹੁਤ ਵਧੀਆ ਉਹਨਾਂ ਨੇ ਰੋਲ ਨਿਭਾਏ ਨੇ ਜੀ, ਬਹੁਤ। ਅਰਦਾਸ ਸਰਬਤ ਦੇ ਭਲੇ ਦੀ ਜਿਹੜੀ ਆਡੀਅੰਸ ਦੇ ਨਾਲ ਮਿਲੇ, ਉਹਨਾਂ ਦੇ ਵਿਚਾਰਾਂ ਦਾ ਪਤਾ ਲੱਗਿਆ, ਅਸੀਂ ਰੇਟਿੰਗ ਵੀ ਕਰਵਾਈ ਉਹਨਾਂ ਦੇ ਕਰੈਕਟਰਸ ਦੇ ਬਾਰੇ ਪਤਾ ਲੱਗਿਆ, ਸਟੋਰੀ ਦਾ ਪਤਾ ਲੱਗਿਆ ਸਾਨੂੰ ਵੀ ਕਿੰਨਾ ਕੁ ਬੰਨ ਕੇ ਰੱਖਦੀ ਹੈ ਪਹਿਲੀ ਅਜਿਹੀ ਫਿਲਮ, ਤੁਸੀਂ ਕਹਿ ਸਕਦੇ ਹੋ ਪਹਿਲੀ ਨਹੀਂ, ਕੁਛ ਫਿਲਮਾਂ ਪਿੱਛੇ ਜੀ ਵੀ ਆ ਚੁੱਕੀਆਂ ਨੇ ਜੋ ਪੰਜਾਬ ਦੇ ਵਿੱਚ ਅਸੀਂ ਪਰਿਵਾਰ ਸਮੇਤ ਦੇਖ ਸਕਦੇ ਹਾਂ। ਅਜਿਹੀਆਂ ਫਿਲਮਾਂ ਨੂੰ ਹੋਰ ਦੇਖਣ ਦੇ ਵਾਸਤੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਸਕਦੇ ਹੋ। ਦੇਖਦੇ ਰਹੋ ਅੱਗੇ ਦੀ ਵੱਡੀ ਜਾਣਕਾਰੀ ਲਈ D5 ਚੈਨਲ ਪੰਜਾਬੀ। ਧੰਨਵਾਦ, ਸਤਿ ਸ਼੍ਰੀ ਅਕਾਲ।